ਕੱਲ ਪਹਿਲੀ ਵਾਰ ਸਾਰਾ ਹੀ ਪਰਿਵਾਰ ਸ਼ਿਫਟਾਂ ਦੇ ਵਿੱਚ ਗਿਆ ਵੀ ਘਰ ਵੀ ਬੰਦੇ ਰੱਖਣੇ, ਸੱਤ ਬੰਦੇ ਪਹਿਲਾਂ ਗਏ ਫਿਰ ਇੱਕ ਸ਼ਿਫਟ ਤੋਂ ਬਾਅਦ ਸੱਤ ਬੰਦੇ ਦੁਬਾਰੇ ਗਏ। ਸੋ ਇਹ ਜਿਹੜਾ ਵਿਆਹ ਵਾਲਾ ਮਾਹੌਲ ਸੀ, ਜਿੱਦਾਂ ਕਹਿੰਦੇ ਨੇ ਪੰਜਾਬ ਦੇ ਸਿਨੇਮੇ 'ਚ ਮੇਲੇ ਲੱਗ ਗਏ, ਉਹ ਸੁਣਦੇ ਸੀ ਪਰ ਉਹ ਦੇਖਿਆ ਪਹਿਲੀ ਵਾਰ ਕੱਲ੍ਹ ਲੋਕਾਂ ਨੇ। ਉਹਨਾਂ ਨੂੰ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ੀ ਮਹਿਸੂਸ ਹੁੰਦੀ ਆ, ਮਾਣ ਮਹਿਸੂਸ ਹੁੰਦਾ ਕਿ ਸਾਡਾ ਖੇਤਾਂ 'ਚ ਉੱਠਿਆ ਮੁੰਡਾ ਅੱਜ ਮਾਨਾਂ ਦੇ ਨਾਲ ਕੰਮ ਕਰ ਰਿਹਾ, ਇਹ ਆਪਦੇ ਆਪ 'ਚ ਬਹੁਤ ਮਾਣ ਵਾਲੀ ਗੱਲ ਹੈ ਜੀ। ਇੱਕ ਗੱਲ ਸੁਣਨ ਨੂੰ ਮਿਲੀ ਹੈ ਕਿ ਇਸ ਫਿਲਮ ਦੀ ਡਾਇਲੋਗ ਲਿਖਣ ਤੋਂ ਬਾਅਦ ਤੁਹਾਨੂੰ ਕਈ ਡਾਇਰੈਕਟਰਾਂ ਦੇ ਐਕਟਰਾਂ ਦੇ ਫੋਨ ਵੀ ਆਏ ਨੇ, ਕਈ ਤੁਹਾਡੇ ਤੱਕ ਪਹੁੰਚ ਵੀ ਕਰਨ ਦੀ ਕੋਸ਼ਿਸ਼ ਕਰ ਰਹੇ। ਇੱਕ ਵਧੀਆ ਕਿਰਦਾਰ ਦੇਖਣ ਨੂੰ ਮਿਲਿਆ ਤੁਹਾਡਾ, ਲੋਕਾਂ ਨੇ ਤੁਹਾਡੀ ਕਲਾਕਾਰੀ ਨੂੰ ਵੀ ਪਸੰਦ ਕੀਤਾ, ਪਲੱਸ ਵੱਡੇ ਪਰਦੇ 'ਤੇ ਆਏ ਹੋ, ਬੱਬੂ ਮਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਸਭ ਕੁਝ ਜਦੋਂ ਹੁੰਦਾ ਨਾ ਕਿ ਇੱਕ ਫਿਲਮ ਦੇ ਵਿੱਚ ਵਧੀਆ ਕਿਰਦਾਰ ਮਿਲਣਾ, ਇੱਕ ਵੱਡੇ ਐਕਟਰ ਦੇ ਨਾਲ ਮਿਲਣਾ, ਅਤੇ ਖੁਸ਼ੀ ਹੁੰਦੀ ਆ, ਪਰਿਵਾਰ ਨੂੰ ਕਿਵੇਂ ਦੀ ਖੁਸ਼ੀ ਹੋਈ, ਯਾਰਾ ਦੋਸਤਾਂ ਨੂੰ ਕਿਵੇਂ ਦੀ ਖੁਸ਼ੀ ਹੋਈ ਔਰ ਤੁਹਾਨੂੰ ਕਿਵੇਂ ਦੀ ਖੁਸ਼ੀ ਹੋਈ? ਮੇਰੇ ਪਰਿਵਾਰ ਨੇ ਕਦੇ ਮੈਨੂੰ ਲੱਗਦਾ ਕਦੇ ਫਿਲਮ ਨਹੀਂ ਦੇਖੀ ਹੋਣੀ, ਠੀਕ ਹੈ ਜੀ। ਕੱਲ੍ਹ ਪਹਿਲੀ ਵਾਰ ਸਾਰਾ ਹੀ ਪਰਿਵਾਰ ਸ਼ਿਫਟਾਂ ਦੇ ਵਿੱਚ ਗਿਆ ਵੀ ਘਰ ਵੀ ਬੰਦੇ ਰੱਖਣੇ, ਸੱਤ ਬੰਦੇ ਪਹਿਲਾਂ ਗਏ ਫਿਰ ਇੱਕ ਸ਼ਿਫਟ ਤੋਂ ਬਾਅਦ ਸੱਤ ਬੰਦੇ ਦੁਬਾਰੇ ਗਏ। ਸੋ ਇਹ ਜਿਹੜਾ ਵਿਆਹ ਵਾਲਾ ਮਾਹੌਲ ਸੀ, ਜਿੱਦਾਂ ਕਹਿੰਦੇ ਨੇ ਪੰਜਾਬ ਦੇ ਸਿਨੇਮੇ 'ਚ ਮੇਲੇ ਲੱਗ ਗਏ, ਉਹ ਸੁਣਦੇ ਸੀ ਪਰ ਉਹ ਦੇਖਿਆ ਪਹਿਲੀ ਵਾਰ ਕੱਲ੍ਹ ਲੋਕਾਂ ਨੇ। ਮੈਨੂੰ ਲੱਗਦਾ ਕਿ ਤੁਹਾਡਾ ਪਰਿਵਾਰ ਨਹੀਂ ਗਿਆ, ਕਾਫੀ ਪਰਿਵਾਰ ਗਏ ਨੇ, ਤੁਹਾਡੇ ਪਿੰਡਾਂ ਤੋਂ ਵੀ ਗਏ ਨੇ, ਪੂਰੇ ਪੰਜਾਬ ਤੋਂ ਗਏ ਨੇ, ਤਾਂ ਫਿਰ ਤੁਹਾਡਾ ਪਰਿਵਾਰ ਤਾਂ ਬਹੁਤ ਵੱਡਾ ਹੋ ਗਿਆ ਸੀ। ਅਰੇ ਦੇਖੋ, ਉਹਨਾਂ ਨੂੰ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ੀ ਮਹਿਸੂਸ ਹੁੰਦੀ ਆ, ਮਾਣ ਮਹਿਸੂਸ ਹੁੰਦਾ ਕਿ ਸਾਡਾ ਖੇਤਾਂ 'ਚ ਉੱਠਿਆ ਮੁੰਡਾ ਅੱਜ ਮਾਨਾਂ ਦੇ ਨਾਲ ਕੰਮ ਕਰ ਰਿਹਾ, ਇਹ ਆਪਦੇ ਆਪ 'ਚ ਬਹੁਤ ਮਾਣ ਵਾਲੀ ਗੱਲ ਹੈ ਜੀ। ਇੱਕ ਮੈਂ ਗੱਲ ਤੁਹਾਡੇ ਕੋਲ ਪੁੱਛਣਾ ਚਾਹੂੰਗਾ, ਤੁਸੀਂ ਜਦੋਂ ਮੂਵੀ ਦੇ ਵਿੱਚ ਰਹੇ, ਤੁਸੀਂ ਉਹ ਲੜਾਈ ਵਾਲਾ ਮਾਹੌਲ ਦੇਖਿਆ ਜਦੋਂ ਦੁੱਗਰ ਔਰ ਸੁੱਚਾ ਸੁਰਮਾ ਆਪਸ ਦੇ ਵਿੱਚ ਲੜਦੇ ਨੇ, ਤੇ ਉਸ ਵੇਲੇ ਤੁਹਾਨੂੰ ਕੀ ਲੱਗਦਾ ਸੀ ਕਿ ਯਾਰ ਖਤਰਨਾਕ ਲੜਾਈ ਹੋ ਰਹੀ ਆ, ਵਿੱਚ ਪਏ ਹੋਏ ਨੇ, ਐਵੇਂ ਲੱਗ ਰਿਹਾ ਗੰਡਾਸੇ ਚੱਲ ਰਹੇ ਨੇ, ਇੱਕ ਖਤਰਾ ਵੀ ਲੱਗ ਰਿਹਾ ਸੀ ਕਿ ਯਾਰ ਕਿਸ ਤਰੀਕੇ ਨਾਲ ਸਾਰਾ ਓਰੀਜਨਲ ਦਿਖਾਇਆ ਹੋਇਆ? ਦੇਖੋ, ਮੈਂ ਦੋ ਤਰੀਕੇ ਨਾਲ ਇਸ ਫਿਲਮ 'ਚ ਇਨਵੋਲਵ ਹਾਂ, ਮੈਂ ਤਾਂ ਡਾਇਲੋਗ ਲਿਖੇ ਨੇ, ਤਾਂ ਜਦੋਂ ਮੈਂ ਡਾਇਲੋਗ ਲਿਖ ਰਿਹਾ ਸੀ ਮੈਂ ਲੜਾਈ ਦੇਖ ਰਿਹਾ ਸੀਗਾ ਆਪਣੇ ਦਿਮਾਗ ਦੇ ਵਿੱਚ, ਇਮੇਜਿਨ ਕਰ ਰਹੇ ਸੀ ਉਹ ਡਾਇਲੋਗਸ ਲਿਖਣੇ ਉਹਦੇ ਵਿੱਚ, ਅਤੇ ਜਦੋਂ ਫਿਰ ਮੈਂ ਐਜ਼ ਏ ਐਕਟਰ ਕੰਮ ਕਰ ਰਿਹਾ ਸੀ, ਦੈਨ ਤੁਹਾਨੂੰ ਅਸਲੀ ਮਹਿਸੂਸ ਹੋ ਰਿਹਾ ਸੀ ਕਿ ਉਹ ਵਿਜ਼ੂਅਲ ਦੇ ਵਿੱਚ ਬਹੁਤ ਵੱਡਾ ਇੱਦਾਂ ਲੱਗ ਰਿਹਾ ਸੀ, ਸੱਚਮੁੱਚ ਦੀ ਲੜਾਈ ਦੇਖ ਰਿਹਾ, ਸੱਚਮੁੱਚ ਹੀ ਲੜਾਈ ਹੋਈ ਆ, ਸਾਡੇ ਖੁਦ ਸੱਟਾਂ ਬੱਚੀਆਂ ਨੇਗੀਆਂ, ਗੰਡਾਸੇ ਗੰਡੂਸੇ ਜਦੋਂ ਚੱਲਦੇ ਸੀ, ਬਾਹਾਂ ਬੂਹਾਂ ਛਿੱਲੀਆਂ ਗਈਆਂ ਸਾਡੀਆਂ, ਰੇਤਿਆਂ 'ਚ ਲਿਬੜਦੇ ਰਹੇ, ਮਜ਼ਾ ਰਿਹਾ। ਡਾਇਲੋਗ ਬਾਜੀ ਨਾ ਪ੍ਰੋਪਰ ਪੰਜਾਬੀ ਦੇ ਵਿੱਚ ਸੀ ਔਰ ਇਸ ਤਰੀਕੇ ਨਾਲ ਮਾਨ ਸਾਹਿਬ ਕਹਿ ਰਹੇ ਸੀ ਕਿ ਡਾਇਲੋਗ ਬਾਜੀ ਉਹ ਹੈ ਜੋ ਅੱਜ ਤੋਂ ਸੱਚਮੁੱਚ ਉਸ ਟਾਈਮ 'ਤੇ ਬੋਲੀ ਜਾਂਦੀ ਸੀ। ਬਹੁਤ ਔਖਾ ਹੁੰਦਾ ਕਿਉਂਕਿ ਅੱਜ ਦੀ ਬੋਲੀ ਜੋ ਤੁਹਾਡੀ ਹੈ ਸਾਡੀ ਹੈ ਔਰ ਉਸ ਟਾਈਮ ਦੀ ਬੋਲੀ, ਫਿਰ ਉਹ ਸਿੱਖਿਆ, ਕਿਸੇ ਨਾਲ ਗੱਲਬਾਤ ਕੀਤੀ, ਮੁਲਾਕਾਤਾਂ ਕੀਤੀਆਂ, ਕਿਵੇਂ ਇਹ ਸਾਰਾ ਦੇਖਿਆ? ਦੇਖੋ ਜੀ, ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ, ਇਹ ਕ੍ਰੀਏਟਿਵ ਪ੍ਰੋਸੈਸ ਆ ਜਿਹੜਾ, ਕੋਈ ਇੱਦਾਂ ਮੈਂ ਕਹਾਂ ਸਿੱਖ ਕੇ ਵੀ ਨਹੀਂ ਆਉਂਦਾ, ਇਹ ਉਹਦੀ ਮੈਂ ਕਹਿੰਦਾ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈਗੀ, ਇਹ ਤੁਹਾਨੂੰ ਉਸ ਪਾਸੇ ਲਾ ਦਿੰਦਾ। ਕੁਛ ਅਸੀਂ ਨੇ ਮੇਰਾ ਏਰੀਆ ਉਹ ਸੀ, ਠੀਕ ਹੈ, ਕੁਛ ਰਿਸਰਚ ਵੀ ਸੀ, ਕੁਛ ਲੋਕਾਂ ਨੂੰ ਮਿਲੇ, ਤਾਂ ਸਾਨੂੰ ਲੱਗਦਾ ਸੀ ਇਸ ਤਰ੍ਹਾਂ ਦੇ, ਜਦੋਂ ਅਮਿਤੋਜ ਭਾਜੀ ਨੇ ਤੁਹਾਡੇ ਤੋਂ ਜ਼ਿੰਮੇਵਾਰੀ ਪਾਈ ਸੀ ਡਾਇਲੋਗ ਲਿਖਣ ਦੀ, ਤਾਂ ਮੈਨੂੰ ਸੀ ਮੈਂ ਇਸ ਤਰ੍ਹਾਂ ਦਾ ਕੰਮ ਕਰਾਂ ਕਿ ਜਿਵੇਂ ਪੰਜਾਬੀ 'ਚ ਕਹਾਵਤ ਆ ਕਿ 100 ਸੁਨਿਆਰ ਦੀ ਕੁਲਹਾਰ ਦੀ। ਇੱਕ ਗੱਲ ਸੁਣਨ ਨੂੰ ਮਿਲੀ ਹੈ ਕਿ ਇਸ ਫਿਲਮ ਦੀ ਡਾਇਲੋਗ ਲਿਖਣ ਤੋਂ ਬਾਅਦ ਤੁਹਾਨੂੰ ਕਈ ਡਾਇਰੈਕਟਰਾਂ ਦੇ ਐਕਟਰਾਂ ਦੇ ਫੋਨ ਵੀ ਆਏ ਨੇ, ਕਈ ਤੁਹਾਡੇ ਤੱਕ ਪਹੁੰਚ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ? ਬਹੁਤ ਕਰ ਰਹੇ ਨੇ ਜੀ, ਕੱਲ੍ਹ ਦੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਪ੍ਰੋਚਕਾਰ ਲੱਗਦਾ ਹੈ ਕਿ ਇਹ ਫਿਲਮ ਤੁਹਾਡੇ ਲਈ ਇੱਕ ਵੱਡਾ ਪਲੇਟਫਾਰਮ ਅੱਗੇ ਲੈ ਕੇ ਆਓ। ਬਹੁਤ ਵੱਡਾ ਪਲੇਟਫਾਰਮ ਸੀਗਾ ਜੀ, ਇਹ ਗੱਲ ਮੈਨੂੰ ਯਾਦ ਆ ਜਦੋਂ ਫਿਲਮ ਸ਼ੁਰੂ ਵੀ ਨਹੀਂ ਹੋਈ ਸੀ, ਅਮਿਤੋਜ ਭਾਜੀ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਜ਼ੈਡ ਤੋਂ ਲੈ ਕੇ ਏ ਤੱਕ ਪਹੁੰਚਣਾ ਹੁੰਦਾ ਬੰਦੇ ਨੇ, ਕਿ ਤੈਨੂੰ ਸ਼ੇਰਾ ਇਹ ਪਹਿਲੀ ਫਿਲਮ ਆ ਜਿਹਨੇ ਜ਼ੈਡ ਤੋਂ ਲੈ ਕੇ ਬੀ ਤੱਕ ਸਾਰਾ ਕ੍ਰੋਸ ਕਰਕੇ ਤੈਨੂੰ ਏ ਤੱਕ ਪਹੁੰਚਾ ਦੇਣਾ। ਸੋ ਕੁਛ ਕਿਸਮਤ ਹੁੰਦੀ ਹੈਗੀ, ਅਸੀਂ ਲੱਕੀ ਹਾਂ ਕਿ ਸਾਨੂੰ ਸਾਗਾ ਸਟੂਡੀਓਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਐਡੀ ਵੱਡੀ ਫਿਲਮ ਬਣਾਤੀ, ਫਿਰ ਅਮਿਤੋਜ ਭਾਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਸਾਨੂੰ ਬਰੀਕੀਆਂ ਫਿਲਮ ਦੀਆਂ ਸਿਖਾਈਆਂ, ਅਤੇ ਉਸ ਤੋਂ ਵੱਡੀ ਗੱਲ ਜਦੋਂ ਅਮਿਤੋਜ ਭਾਜੀ ਤੋਂ ਬਾਅਦ ਬੱਬੂ ਭਾਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਹਰ ਬੰਦੇ ਦਾ ਇੱਕ ਡ੍ਰੀਮ ਹੁੰਦਾ ਉਹਨੂੰ ਦੇਖਣਾ ਬੱਬੂ ਭਾਜੀ ਨੂੰ, ਉਸ ਤੋਂ ਵੀ ਕਿਸਮਤ ਵਾਲੇ ਲੋਕ ਉਹਦੇ ਨੇ ਮਿਲਣਾ,
ਅਤੇ ਸਾਨੂੰ ਤਾਂ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਉਹਨਾਂ ਨੇ ਆਪਦੇ ਨਾਲ ਬਿਠਾਇਆ, ਸਾਨੂੰ ਪਿਆਰ ਦਿੱਤਾ, ਤਾਂ ਇਸ ਤੋਂ ਵੱਧ ਲੱਕੀ ਹੋਰ ਕੀ ਹੋ ਸਕਦਾ ਜੀ। ਡਾਇਰੈਕਟਰ ਨਾਲ ਤੁਹਾਡਾ ਕਿਵੇਂ ਰਿਹਾ, ਅਦਾਕਾਰਾਂ ਨਾਲ ਤੁਹਾਡਾ ਕਿਵੇਂ ਰਿਹਾ, ਕਿਉਂਕਿ ਤੁਸੀਂ ਨਵੀਂ ਕਾਸਟਿੰਗ ਜਿਹੜੀ ਆ ਕਈ ਤੁਸੀਂ ਦੇਖਿਆ ਕਿ ਫਿਲਮ ਦੇ ਵਿੱਚ ਹੋਈ ਹੈ, ਅਕਸਰ ਕੀ ਹੁੰਦਾ ਕਿ ਪੁਰਾਣੀ ਕਾਸਟਿੰਗ ਲੱਗ ਕੇ ਫਿਲਮਾਂ ਬਣਾਉਂਦੇ ਨੇ, ਪਰ ਇਸ ਫਿਲਮ ਦੇ ਵਿੱਚ ਨਵੇਂ ਮੁੰਡੇ ਜਿਨ੍ਹਾਂ ਦੀਆਂ ਲੜਾਈਆਂ ਹੋ ਰਹੀਆਂ ਸੀ, ਲੜ ਰਹੇ ਸੀ, ਨਵੀਂ ਕਾਸਟਿੰਗ ਜੋ ਪਿੰਡ ਦੇ ਵਿੱਚ ਸੀ, ਹਾਲੇ ਕਿ ਬੱਬੂ ਮਾਨ ਦੇ ਨਾਲ ਵੀ ਕਈ ਨਵੇਂ ਅਦਾਕਾਰ ਵੀ ਦੇਖਣ ਨੂੰ ਮਿਲਣੇ, ਤਾਂ ਲੱਗਦਾ ਕਿ ਇਸ ਫਿਲਮ ਦੇ ਨਾਲ ਕਈ ਨੌਜਵਾਨਾਂ ਨੂੰ, ਕਈ ਪੁਰਾਣੇ ਜੋ ਅਦਾਕਾਰ ਨੇ ਜੋ ਪਿੱਛੇ ਹਟ ਗਏ ਸੀ ਉਹਨਾਂ ਨੂੰ ਮੌਕਾ ਮਿਲਿਆ। ਦੇਖੋ ਇਹ ਸਭ ਤੋਂ ਪਹਿਲਾਂ ਇਹਦਾ ਕ੍ਰੈਡਿਟ ਮੈਂ ਦੇਵਾਂ ਤਾਂ ਅਮਿਤੋਜ ਮਾਨ ਸਾਹਿਬ ਨੂੰ ਦਿੰਦਾ ਗਾ, ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੋਈ ਸੀ ਕਿ ਆਪਾਂ ਨੇ ਨਵੇਂ ਆਰਟਿਸਟਾਂ ਨੂੰ ਮੌਕਾ ਦੇਣਾ, ਔਰ ਅਸੀਂ ਮੈਂ ਅਤੇ ਅਮਿਤੋਜ ਭਾਅ ਜੀ ਉਹਨਾਂ ਦੇ ਘਰ ਬੈਠ ਕੇ ਕਈ ਕਈ ਘੰਟੇ ਚਰਚਾ ਕਰਦੇ ਰਹਿੰਦੇ ਸੀ ਵੀ ਇਸ ਕਰੈਕਟਰ ਵਾਸਤੇ ਆਹ ਐਕਟਰ ਸਹੀ ਲੱਗਦਾ, ਠੀਕ ਹੈ। ਔਰ ਮੈਕਸੀਮਮ ਕਿਉਂਕਿ ਜਦੋਂ ਇਹ ਫਿਲਮ ਦੀ ਖੂਬਸੂਰਤੀ ਵੀ ਇਹੀ ਆ ਕਿ ਤੁਹਾਨੂੰ ਨਵੇਂ ਚਿਹਰੇ ਜੋ ਯੂਜ਼ ਟੂ ਨਹੀਂ ਹੈ, ਇਸੇ ਕਰਕੇ ਇੱਦਾਂ ਲੱਗ ਰਿਹਾ ਵੀ ਸੱਚੀ ਉਸ ਵੇਲੇ ਦੇ ਕਰੈਕਟਰ ਨੇਗੇ, ਸਮਾਓ ਪਿੰਡ ਦੇ ਬੰਦੇ ਲੱਗਦੇ ਨੇ। ਦੋਗਰ ਲਈ ਕਰੈਕਟਰ ਕਿਵੇਂ ਦਿਮਾਗ 'ਚ ਆਇਆ ਕਿ ਯਾਰ ਦੋਗਰ ਲਈ ਆਹੀ ਕਰੈਕਟਰ ਚਾਹੀਦਾ, ਬੱਬੂ ਮਾਨ ਹਾਂ ਘੁੱਗਰ ਦੇ ਲਈ, ਕਿ ਬੱਬੂ ਮਾਨ ਦੇ ਬਿਲਕੁਲ ਸਾਹਮਣੇ ਜਿਹੜਾ ਉਹ ਇਹ ਕਰੈਕਟਰ ਹੋਏ ਸੁੱਚਾ ਸੁਰਮਾ ਦੇ ਸਾਹਮਣੇ? ਦੇਖੋ ਮੈਂ ਦੱਸ ਦੱਸਾਂ ਕਿ ਜਗਜੀਤ ਦਾ ਮੈਂ ਨਾ ਇੱਕ ਕਲਿੱਪ ਦੇਖਿਆ ਸੀਗਾ ਇੱਕ ਦੋ ਤਿੰਨ ਕੁਝ ਫਿਲਮਾਂ ਦੇ, ਲੇਟੈਸਟ ਉਸ ਵੇਲੇ ਫਿਲਮ ਆਈ ਸੀ ਡਾਕੂਆਂ ਦਾ ਮੁੰਡਾ, ਉਹ 'ਚੋਂ ਪਹਿਲਾ ਸੀਨ ਸੀ ਜਦੋਂ ਉਹ ਆ ਕੇ ਕਹਿੰਦਾ ਅਸੀਂ ਚੱਲਦੀਆਂ ਫਿਰਦੀਆਂ ਅਦਾਲਤਾਂ ਹੁੰਦੇ ਹਾਂ, ਜਿਸ ਵੇ ਦੇ ਵਿੱਚ ਉਹਨਾਂ ਨੇ ਬੋਲਿਆ ਸੀ ਮੇਰੀ ਮੈਮਰੀ ਦੇ ਵਿੱਚ ਸੀਗਾ। ਮੈਂ ਵੀ ਦੋਜ ਭਾਅ ਜੀ ਨੂੰ ਉਹ ਕਲਿੱਪ ਦਿਖਾਈ, ਮੈਂ ਭਾਅ ਜੀ ਇੱਦਾਂ ਲੱਗਦਾ, ਕਿਉਂਕਿ ਸਾਨੂੰ ਸੀ ਵੀ 7 ਫੁੱਟ ਦਾ ਕੱਦ ਚਾਹੀਦਾ ਬੱਬੂ ਭਾਅ ਜੀ ਦੇ ਬਰਾਬਰ, ਔਰ ਬੱਬੂ ਭਾਅ ਜੀ ਦੀ ਇੱਕ ਪਰਸਨੈਲਿਟੀ ਦਾ ਬਹੁਤ ਵੱਡਾ ਔਰਾ। ਦੈਨ ਸਾਨੂੰ ਲੱਗਿਆ ਜਦੋਂ ਮੈਂ ਕਲਿੱਪ ਦਿਖਾਈ, ਅਮਿਤੋਜ ਭਾਅ ਜੀ ਨੇ ਉਸੇ ਵੇਲੇ ਕਿਹਾ ਕਿ ਯਾਰ ਕਿ ਇਹ ਮੁੰਡਾ ਕੁੱਕਰ ਦੇ ਰੋਲ ਵਾਸਤੇ ਐਕੂਰੇਟ ਆ, ਫਿੱਟ ਆ, ਫਿਰ ਇੱਦਾਂ ਉਹਨੂੰ ਲੱਭਿਆ। ਇਹ ਲੱਗਦਾ ਮੈਸੇਜ ਵੀ ਕਈ ਫਿਲਮ ਜਿਹੜੀ ਆ ਪੰਜਾਬੀਆਂ ਨੂੰ ਦਿੰਦੀ ਹੈ ਕਿ ਅਸੀਂ ਚੰਗੇ ਰਾਹਾਂ ਚੱਲੀਏ, ਯਾਰੀਆਂ ਨਿਭਾਈਏ, ਅਜਿਹੇ ਕੋਈ ਕੰਮ ਨਾ ਕਰੀਏ ਜਿਹਦੇ ਨਾਲ ਯਾਰੀਆਂ ਵੀ ਖਰਾਬ ਹੋਣ, ਪਰਿਵਾਰ ਵੀ ਖਰਾਬ। ਬਿਲਕੁਲ ਆ ਜੀ, ਇਹ ਹਮੇਸ਼ਾ ਇਹ ਯਾਰੀ 'ਚ ਗਦਾਰੀ ਆ, ਉਹ ਕਦੇ ਨਾ ਅੱਜ ਤੋਂ 100 ਸਾਲ ਪਹਿਲਾਂ ਐਕਸੈਪਟੇਬਲ ਸੀ ਨਾ ਅੱਜ ਆ। ਅਸੀਂ ਜੇ ਪੱਗ ਵੱਟ ਭਰਾ ਕਹਿੰਦੇ ਸੀ ਸੁੱਚੇ ਅਤੇ ਕੁੱਕਰ ਨੂੰ, ਜੇ ਉਹਦੀ ਕਦਰ ਨਹੀਂ ਪਾਈ ਤਾਂ ਉਹਦਾ ਆਸ਼ਰ ਫਿਰ ਇਹੀ ਹੋਵੇਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ।